ਜਲੰਧਰ ਫਗਵਾੜਾ ਵਿਖੇ ਬੀਤੀ 13 ਅਪ੍ਰੈਲ ਰਾਤ ਨੂੰ ਸੰਵਿਧਾਨ ਚੌਂਕ ਦਲਿਤ ਸਮਾਜ ਵੱਲੋਂ ਫਗਵਾੜਾ ਦੇ ਇੱਕ ਚੌਂਕ ਦਾ ਨਾਂ ਰੱਖ ਦਿੱਤਾ ਗਿਆ ਸੀ ਅਤੇ ਉੱਥੇ ਬੋਰਡ ਵੀ ਲਗਾ ਦਿੱਤਾ ਗਿਆ ਸੀ ਜਿਸ ਨੂੰ ਲੈ ਕੇ ਦਲਿਤ ਸਮਾਜ ਦੇ ਦੋ ਲੜਕੇ ਗੰਭੀਰ ਰੂਪ 'ਚ ਜ਼ਖਮੀ ਹੋ ਗਏ ਸਨ ਜਿਨ੍ਹਾਂ 'ਚੋਂ ਇੱਕ ਜਸਵੰਤ ਬੌਬੀ ਜਿਸਦੇ ਸਿਰ 'ਤੇ ਗੋਲੀ ਲੱਗੀ ਹੈ ਦੂਜਾ ਕੁਲਵਿੰਦਰ ਪੁਲਰਾਈ ਜਿਸਦੇ ਕਿ ਵੱਖੀ ਵਿੱਚ ਗੋਲੀ ਲੱਗੀ ਸੀ ਉਹ ਜਲੰਧਰ ਜੋਹਰ ਹਸਪਤਾਲ ਵਿੱਚ ਦਾਖਲ ਹੈ ਜਿਸਦਾ ਪਤਾ ਲੈਣ ਲਈ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ ਦੇ ਆਗੂ ਵਿਸ਼ੇਸ਼ ਤੌਰ 'ਤੇ ਪਹੁੰਚੇ ਸਨ ਪਿਛਲੇ ਦਿਨ ਘਟਨਾ ਵਾਪਰੀ ਹੈ ਕੁਲਵਿੰਦਰ ਨਾਂ ਦੇ ਸਾਡੇ ਸਮਾਜ ਦੇ ਬੱਚੇ 'ਤੇ ਗੋਲੀ ਲੱਗੀ ਹੈ ਸੰਤ ਬਾਬਾ ਨਿਰਮਲ ਦਾਸ ਜੀ ਪ੍ਰਧਾਨ ਸ਼੍ਰੀ ਗੁਰੂ ਰਵਿਦਾਸ ਸਾਹਿਬ ਸੰਪਰਦਾ ਸੁਸਾਇਟੀ ਜਿਹੜੇ ਕਿ ਜਿਨ੍ਹਾਂ ਨੇ ਬਹੁਤ ਦੁੱਖ ਮੰਨਿਆ ਉਹਨਾਂ ਦੇ ਨਾਲ ਸੀਨੀਅਰ ਵਾਈਸ ਪ੍ਰਧਾਨ ਸੰਤ ਬਾਬਾ ਸੱਜਣ ਦਾਸ ਜੀ ਔਰ ਸਾਡੇ ਭੈਣ ਜੀ ਸੰਤੋਸ਼ ਜੀ ਔਰ ਨਾਲ ਹੀ ਮਹਾਂ ਪੁਰਸ਼ੋਤਮ ਜੀ ਸੰਤ ਸਮਾਜ ਸਾਰਾ ਜਿਹੜਾ ਅੱਜ ਖਬਰ ਲੈਣ ਆਇਆ ਔਰ ਸੰਤ ਬਾਬਾ ਨਿਰਮਲ ਦਾਸ ਜੀ ਵੱਲੋਂ ਆਪਣੇ ਡੇਰਾ ਸੰਤ ਬਾਬਾ ਪ੍ਰੀਤਮ ਦਾਸ ਜੀ ਬਾਬੇ ਜੋੜੇ ਵੱਲੋਂ ਬਹੁਤ ਦੁੱਖ ਮੰਨਦੇ ਹੋਏ ਮੌਕੇ 'ਤੇ ਜੋ ਆਰਥਿਕ ਸਹਾਇਤਾ ਹੈ ਉਹ ਮਾਤਾ ਜੀ ਨੂੰ ਬਾਬਾ ਜੀ ਜੀ ਨੇ ਜੋ ਇਹ ਮਦਦ ਦਿੱਤੀ ਹੈਗੀ ਹੈ ਸੋ ਇਹਦੇ ਵਾਸਤੇ ਅਸੀਂ ਜਿੱਥੇ ਸਮਾਜ ਬਾਬਾ ਜੀ ਦਾ ਧੰਨਵਾਦ ਕਰਦਾ ਆਲਰੇਡੀ ਆਤਰ ਮਿਸ਼ਨ ਧੰਨਵਾਦ ਕਰਦਾ ਉੱਥੇ ਪਰਿਵਾਰ ਵੱਲੋਂ ਵੀ ਬਾਬਾ ਜੀ ਨੂੰ ਇਹ ਜੋ ਇਸ ਸਮੇਂ ਦੁੱਖ ਦੀ ਘੜੀ ਵਿੱਚ ਖੜੇ ਹੋਏ ਹੈ ਪਰਿਵਾਰ ਵੱਲੋਂ ਵੀ ਆਸ਼ਵਾਸਨ ਦਿੱਤਾ ਗਿਆ ਕਿ ਬਾਬਾ ਜੀ ਤੁਹਾਡਾ ਬਹੁਤ ਧੰਨਵਾਦ ਫਿਲਹਾਲ ਤਾਂ ਪ੍ਰਦੀਪ ਰਾਜ ਦੇ ਰਿਪੋਰਟ ਚੈਨਲ 2